नहीं टकरा तू। हाँ जी, सत श्रीकाल जी सारयां नूं। ते लो जी, स्वागत है जी अपने एक नवे ब्लॉग दे विच। ते ब्लॉग मैं बाहर आके स्टार्ट करन दिया वा। उहदा पहला रीजन ते आ देखो, परसों दा गिंबल बाहर ही पिया है। ਇਹ ਨਹੀਂ ਚੱਕਿਆ ਕਿ ਕਿਹਨੂੰ ਲੈ ਕੇ ਚੱਲਦੇ ਹਾਂ। ਅਤੇ ਉਹਦੇ ਨਾਲ ਹੀ ਕੱਲ੍ਹ ਵਾਲਾ ਵਲੋਗ ਅਪਲੋਡ ਕਰਨ ਦਿਆ ਸੀ ਮੈਂ, ਅਤੇ ਉਹਦੇ 'ਤੇ ਆ ਗਿਆ ਕਾਪੀਰਾਈਟ ਮਿਊਜ਼ਿਕ, ਅਤੇ ਹੁਣ ਉਹਨੂੰ ਰਿਮੂਵ ਕਰਨ ਲਾਇਆ ਹੋਇਆ, ਥੋੜ੍ਹਾ ਜਿਹਾ ਟਾਈਮ ਲੱਗੂਗਾ। ਉਹ ਦੇਖੋ ਅਰਜਨ ਡੀਕਨ ਦਿਆ ਉੱਥੇ ਆਪਾਂ ਨੂੰ, ਅਤੇ ਚੱਲੀਏ ਪੱਠੇ ਬੀਜ ਲਈਏ ਜਿਹੜੇ ਕੱਲ੍ਹ ਪਹਿਲੀ ਵਾਰੀ ਸੀ ਨਾ, ਉਹ ਕੰਮ ਨਿਬੇੜੀਏ। ਉਹ ਦੇਖੋ ਇੱਥੇ ਆਇਆ ਸੀਗਾ ਕਾਪੀਰਾਈਟ, ਅਤੇ ਵੈਸੇ ਤਾਂ ਰਿਮੂਵ ਕਰਤਾ ਮੈਂ, ਪਰ ਇਹਨੂੰ ਥੋੜ੍ਹਾ ਜਿਹਾ ਟਾਈਮ ਲੱਗੂਗਾ ਪ੍ਰੋਸੈਸਿੰਗ 'ਚ। ਬਾਕੀ ਵਲੋਗ ਆਪਣਾ ਅਪਲੋਡ ਹੋ ਚੁੱਕਿਆ, ਇਹਨੂੰ ਕਰਦੇ ਹਾਂ ਬੰਦ ਅਤੇ ਚੱਲਦੇ ਹਾਂ ਥੱਲੇ। ਲੋ ਵੀ ਮੁੰਡਿਓ ਪੱਠਿਆਂ ਵਾਲਾ ਕੰਮ ਵੀ ਕਰਤਾ ਫਤਿਹ। ਮੈਂ ਕਿਹਾ ਲੱਗਦੇ ਆ ਤਾਂ ਛੱਡ ਹੀ ਆਈਏ, ਫਿਰ ਹੀ ਖਿਲਾਰਾਂਗੇ ਅੱਗੇ ਇਹਨੂੰ। ਛੁੱਟੀ ਆ ਕੰਮ ਤੋਂ, ਚੱਲੀਏ ਆਪਣੇ ਸੈਟਅਪ 'ਚ। ਨਹੀਂ, ਸੈਟਅਪ ਤੋਂ ਪਹਿਲਾਂ ਥੱਲੇ ਵਾਲੇ ਕੰਮ ਜਿਹੜੇ ਨੇ ਉਹ ਕਰ ਲਈਏ ਸਾਰੇ, ਫਿਰ ਹੀ ਚੱਲਦੇ ਹਾਂ ਉੱਤੇ। ਅਤੇ ਲਓ ਵੀ ਮੁੰਡਿਓ, ਆ ਗਏ ਸੀ ਆਪਾਂ ਆਪਣੇ ਸੈਟਅਪ 'ਚ। ਅਤੇ ਆਹ ਦੇਖੋ ਤੁਸੀਂ, ਖੜਾ 9-11। ਹਾਲਾਂਕਿ ਇਹਦੇ 'ਚ ਕੋਈ ਖਾਸ ਚੇਂਜ ਨਹੀਂ ਹੋਇਆ, ਡਿਜ਼ਾਇਨ ਦੇ ਵਿੱਚ ਸੇਮ ਹੀ ਹੈ, ਪਰ ਨਾ ਪਲੈਟਫਾਰਮ ਲੱਗਾ ਬਹੁਤ ਸੋਹਣਾ ਲੱਗਣ ਦਿਆ ਇੱਥੇ। ਅਤੇ ਹਾਈਟ ਵੀ ਬਿਲਕੁਲ ਠੀਕ ਹੈ, ਜ਼ਿਆਦਾ ਉੱਚਾ ਵੀ ਨਹੀਂ, ਬੜਾ ਨੀਵਾਂ ਵੀ ਨਹੀਂ। ਹਜੇ ਇਹਦੇ 'ਚ ਲੱਗਣੀ ਇੱਥੇ ਸੀਟ, ਅਤੇ ਜ਼ਿਆਦਾ ਕੁਛ ਨਹੀਂ ਲਾਉਂਦੇ ਇਹਦੇ 'ਚ, ਇੱਥੇ ਸੀਟ ਲਾਵਾਂਗੇ ਅਤੇ ਹੋ ਸਕਦਾ ਸਟੇਅਰਿੰਗ ਲਾ ਦਾ ਮੈਂ ਇਸ ਵਾਰੀ, ਨਹੀਂ ਤਾਂ ਬਿਨਾਂ ਸਟੇਅਰਿੰਗ ਤੋਂ ਹੀ ਚੱਲਦਾ ਟਰੇਟਰ ਆਪਣਾ। ਅਤੇ ਬਾਕੀ ਸਾਰਾ ਕੰਮ ਡਨ ਹੀ ਹੈ। ਇਹਦੇ ਟਾਇਰ ਪ੍ਰਿੰਟ ਕਰਨੇ ਨੇ, ਅਤੇ ਉਹ ਹਜੇ ਮੈਂ ਥੋੜ੍ਹਾ ਜਿਹਾ ਕਨਫਿਊਜ਼ ਹਾਂ ਕਿ ਕਰਾਂ ਹੁਣੇ ਕਿ ਰੁਕ ਜਾਵਾਂ, ਕਿਉਂਕਿ ਆਹ ਪ੍ਰਿੰਟਰ 'ਤੇ ਆਪਾਂ ਹਜੇ ਰਿਸਕ ਲੈਂਦੇ ਨਹੀਂ ਟਾਇਰ ਪ੍ਰਿੰਟ ਕਰਨ ਦਾ, ਅਤੇ ਇਹਦਾ ਐਕਸਟਰੂਡਰ ਉੱਤੇ ਕੱਸਿਆ ਹੋਇਆ, ਠੀਕ ਹੈ। ਪਰ ਆਹ ਜਿਹੜਾ ਪ੍ਰਿੰਟਰ ਹੈ, ਇਹਦੀ ਮੋਟਰ ਪਿੱਛੇ ਕੱਸੀ ਹੋਈ ਹੈ, ਜਾਂ ਤਾਂ ਮੋਟਰ ਆਪਾਂ ਇੱਥੇ ਸ਼ਿਫਟ ਕਰ ਦਈਏ, ਉਦੋਂ ਬਾਅਦ ਫਿਰ ਇਸੇ ਪ੍ਰਿੰਟਰ 'ਤੇ ਟਾਇਰ ਪ੍ਰਿੰਟ ਕਰ ਦਿੰਦੇ ਹਾਂ। ਅਤੇ ਬਸ ਇਸ ਚੀਜ਼ 'ਚ ਥੋੜ੍ਹਾ ਕਨਫਿਊਜ਼ ਸੀ ਮੈਂ, ਅਤੇ ਬਾਕੀ ਚਲੋ ਦੇਖਦੇ ਹਾਂ। ਅਤੇ ਵੈਸੇ ਮੇਰਾ ਪਲਾਨ ਸੀਗਾ ਕਿ ਇਹਦੇ ਵਾਸਤੇ ਸੀਟ ਪ੍ਰਿੰਟ ਕਰਦੇ ਹਾਂ, ਇਹਦੀ ਓਰੀਜਨਲ ਸੀਟ ਪਤਾ ਨਹੀਂ ਕਿੱਥੇ ਗਈ ਹੈ, ਜਿਹੜੀ ਲਾਈ ਸੀ ਇਹਦੇ ਤੋਂ ਆ ਰਹੀ ਇਹ ਸੀਟ, ਨਹੀਂ ਇਹ ਨਹੀਂ, ਨਵੀਂ ਸੀਟ ਪ੍ਰਿੰਟ ਕਰਾਂਗੇ ਇਹਦੇ ਵਾਸਤੇ, ਠੀਕ ਆ। ਸੀਟ ਨਵੀਂ ਪ੍ਰਿੰਟ ਕਰਨੀ ਪਊਗੀ ਇਹਦੇ ਵਾਸਤੇ, ਆਪਾਂ ਸੀਟ ਪ੍ਰਿੰਟ ਕਰਾਂਗੇ ਐਵੇਂ ਦੀ, ਜਿਵੇਂ ਦੀ ਆਪਣੀ ਸਵਰਾਜ ਦੀ ਹੈ ਨਾ ਸੀਟ, ਉਵੇਂ ਦੀ ਪ੍ਰਿੰਟ ਕਰਾਂਗੇ ਇਹਦੇ ਵਾਸਤੇ। ਅਤੇ ਵੈਸੇ ਤਾਂ ਪ੍ਰਿੰਟਰ ਚਲਾਉਣਾ ਸੀ ਮੈਂ, ਪਰ ਨਾ ਮੌਕੇ 'ਤੇ ਮੈਨੂੰ ਐਲਾਬਾਦ ਜਾਣਾ ਪਊਗਾ, ਕੋਈ ਜ਼ਰੂਰੀ ਕੰਮ ਹੈ। ਇੱਕ ਤਾਂ ਸਹਿਜ ਨੂੰ ਲੈ ਕੇ ਆਉਣਾ, ਅਤੇ ਉਹਦੀਆਂ 2-3 ਛੁੱਟੀਆਂ ਸੀਗੀਆਂ, ਅਤੇ ਉਹਦਾ ਮੈਸੇਜ ਆਇਆ ਸੀ ਕਹਿੰਦਾ ਵੀ ਮੈਂ ਫ੍ਰੀ ਹਾਂ ਜੀ, ਵੀਡੀਓ ਸ਼ੂਟ ਕਰਨੀ ਹੈ, ਅਤੇ ਵੀ ਲੈ ਜਾ ਮੈਨੂੰ। ਮੈਂ ਕਿਹਾ ਚੱਲ ਦੇਖਦਾ ਮੈਂ, ਨਾਲੇ ਉਹਨੂੰ ਲੈ ਕੇ ਆਉਂਦੇ ਹਾਂ, ਅਤੇ ਨਾਲੇ ਹੋਰ ਉੱਥੇ ਥੋੜ੍ਹੇ ਜਿਹੇ ਕੰਮ ਨੇ, ਸ਼ਾਮ ਮੈਨੂੰ ਪੈ ਹੀ ਜਾਊਗੀ ਆਰਾਮ ਨਾਲ। ਲੈਟਾ ਲੂਟਾ ਬੰਦ ਕਰ ਦਈਏ, ਅਤੇ ਚਲੋ ਆਹ ਤਾਂ ਜਗਨ ਦੇ ਨੇ ਇੱਕ ਲੈਟ ਤਾਂ, ਅਤੇ ਚੱਲਦੇ ਹਾਂ ਆਪਾਂ ਐਲਨਾਬਾਦ। ਲਓ ਵੀ ਮੁੰਡਿਓ, ਗੱਡੀ ਤਾਂ ਅੱਜ ਘਰੇ ਕੋ ਨਹੀਂ ਗਈ, ਅਤੇ ਇਹਨੂੰ ਕੱਪੜਾ ਮਾਰਨਾ ਪੈਣਾ, ਇਹ ਨਹੀਂ ਸਾਥ ਦੇਣਾ ਕਰਮਾਂ ਵਾਲੇ ਨੇ। ਚਲੋ ਚੱਲਦੇ ਹਾਂ ਆਪਾਂ, ਵੱਜ ਗਿਆ ਕੱਪੜਾ, ਇੱਥੇ ਜੇ ਜਾਣਾ ਆਪਾਂ ਐਲਨਾਬਾਦ, ਇੰਨਾ ਕੱਪੜਾ ਬਹੁਤ ਹੁੰਦਾ ਐਲਨਾਬਾਦ ਵਾਸਤੇ, ਜਦੋਂ ਕਿਤੇ ਬਾਹਲਾ ਦੂਰ ਜਾਣਾ ਆਇਆ ਉਦੋਂ ਵਾਹਵਾ ਕੱਪੜਾ ਮਾਰ ਦਾਂਗੇ, ਹੈ ਨਾ। ਸਹੀ ਹੈ, ਨਾਰਾਜ਼ ਤਾਂ ਨਹੀਂ ਹੁੰਦਾ, ਕਿਤੇ ਨਾਰਾਜ਼ ਹੋ ਜੇ। ਚਲੋ ਮੁੰਡਿਆ ਚੱਲ ਗਏ, ਟਾਇਰ ਸਵਾ ਹੋ ਗਿਆ, ਇੰਜਨ ਚੈੱਕ, ਸੁੱਚ ਚੈੱਕ, ਸਟਾਰਟ ਹੋਣ ਵਾਸਤੇ ਰੈਡੀ, ਸਟਾਰਟ ਹੋਣ ਵਾਸਤੇ ਰੈਡੀ ਨਹੀਂ ਗਾ। ਗੁੱਸਾ ਹੋ ਗਿਆ, ਮੈਂ ਤਾਂ ਸਗੋਂ ਇੰਨਾ ਵਧੀਆ ਸਾਫ਼ ਕੀਤਾ ਤੈਨੂੰ ਯਾਰ, ਚੱਕਰ ਕੀ ਹੈ, ਸੋਚ ਹੀ ਨਹੀਂ ਸੀ ਆਉਣ ਹੋਏ। ਚਲੋ ਮੁੰਡਿਓ ਚੱਲੀਏ। ਲਓ ਵੀ ਮੁੰਡਿਓ, ਆਪਾਂ ਪਹੁੰਚ ਗਏ ਐਲਨਾਬਾਦ, ਵੈਸੇ ਤਾਂ ਐਨ ਮੈਨੂੰ 2-3 ਘੰਟੇ ਹੋ ਗਏ ਨੇ,
ਸਹਿਜ ਨੂੰ ਕਿਹਾ ਮੈਂ ਕਿਹਾ ਆ ਜਾ ਬਾਜ਼ਾਰ ਜਾ ਕੇ ਉਹਨੇ ਥੋੜ੍ਹਾ ਕੰਮ ਹੈ ਉੱਥੋਂ ਸਮਾਨ ਥੋੜ੍ਹਾ ਜਿਹਾ ਲੈਣਾ ਲਾਈਟਾਂ ਵੀ ਲੈਣੀਆਂ ਨੇ ਥੋੜ੍ਹਾ ਹੋਰ ਕੰਮ ਹੈ ਨਿੱਕਾ ਨਿੱਕਾ ਮੈਂ ਕਿਹਾ ਚਲੋ ਕੰਮ ਨਿਬੇੜ ਕੇ ਆਉਂਦੇ ਹਾਂ ਫਿਰ ਘਰੇ ਚੱਲਦੇ ਹਾਂ ਸਹਿਜ ਨੂੰ ਵੀ ਲੈ ਕੇ ਚੱਲਦੇ ਹਾਂ ਘਰੇ ਆਪਾਂ ਠੀਕ ਆ ਇੱਕ ਨਿੱਕਾ ਜਿਹਾ ਕੰਮ ਹੋਰ ਹੈ ਹਾਂ ਬੁਲਟ ਦਾ ਸਲੈਂਸਰ ਆ ਨਟ ਘਸਾਉਣਾ ਆ ਜਿਹੜਾ ਟਕ ਟਕ ਵੱਜਦਾ ਹੈ ਇੱਕ ਇਹ ਕੰਮ ਨਿੱਕਾ ਜਿਹਾ ਬਾਕੀ ਸਭ ਓਕੇ ਆ ਬਸ ਚੱਲਦੇ ਹਾਂ ਆਪਾਂ ਲੋ ਵੀ ਮੁੰਡਿਓ ਪਹੁੰਚ ਗਿਆ ਆਪਾਂ ਘਰੇ ਅਤੇ ਆਹ ਦੇਖ ਲਓ ਦੋਵੇਂ ਆਹ ਚਲਾਉਣ ਵਾਲਾ ਅਤੇ ਆਹ ਚੱਲਣ ਵਾਲਾ ਇਹਨੇ ਕੀਤੇ ਹੋਏ ਕਾਰਨਾ ਮਿਲਿਆ ਜਿਹੜਾ ਨਾਟ ਗਰਾ ਖੁੱਲਿਆ ਪਿਆ ਚਲੋ ਉਂਝ ਵੇਖਿਆ ਜਾਵੇ ਇੱਕ ਪਾਸਿਓਂ ਚੰਗਾ ਹੀ ਹੋਇਆ ਰੇਟਰ ਆਪਣਾ ਸਾਰਾ ਨਵਾਂ ਬਣ ਗਿਆ ਹੁਣ ਮੋਡੀਫਿਕੇਸ਼ਨ ਇਹਦੀ ਵਧੀਆ ਹੋ ਜੂਗੀ ਅਤੇ ਇੱਕ ਦੋ ਕਮੀਆਂ ਸੀ ਨਾਲੇ ਉਹ ਵੀ ਪੂਰੀਆਂ ਹੋ ਗਈਆਂ ਨੇ ਜਿਹੜਾ ਵਿੱਚ ਗੇਅਰ ਟੁੱਟਾ ਸੀ ਉਹ ਵੀ ਰਿਪਲੇਸ ਹੋ ਗਿਆ ਯਾਨੀ ਕਿ ਪੋਜ਼ਿਟਿਵ ਹੀ ਲੈਣਾ ਚਾਹੀਦਾ ਹਰ ਚੀਜ਼ ਨੂੰ ਠੀਕ ਆ ਵਾਇਰਿੰਗ ਵਗੈਰਾ ਹਜੇ ਇਹਦੀ ਹੋਣੀ ਆ ਉਹ ਦੇਖਦੇ ਹਾਂ ਰਾਤ ਨੂੰ ਕਰਾਂਗੇ ਨਾਲੇ ਸੀਟ ਪ੍ਰਿੰਟ ਕਰਨੀ ਲਾਉਣੀ ਆਪਾਂ ਅਤੇ ਉਸ ਦੇ ਨਾਲ ਸਾਡਾ ਪਲੈਨ ਸੀ ਵੀਡੀਓ ਸ਼ੂਟ ਕਰਨ ਦਾ ਕਿਉਂਕਿ ਹੁਣ ਸਹਿਜ ਆਇਆ ਅੱਜ ਅਤੇ ਮੈਂ ਕਿਹਾ ਵੀ ਇੱਦਾਂ ਦੀ ਕੋਈ ਵੀਡੀਓ ਸ਼ੂਟ ਕਰ ਲਈਏ ਜਿਹਦੇ ਵਿੱਚ ਇੱਕ ਹੈਲਪਰ ਦੀ ਜ਼ਰੂਰਤ ਹੋਵੇ ਆਪਾਂ ਨੂੰ ਅਤੇ ਦੋ ਤਿੰਨ ਹੈ ਦਿਮਾਗ 'ਚ ਆਈਡੀਆ ਅਤੇ ਦੇਖਦੇ ਉਹਨਾਂ 'ਚੋਂ ਕਿਸੇ ਇੱਕ 'ਤੇ ਕੰਮ ਕਰਦੇ ਹਾਂ ਬਾਹਰ ਮੌਸਮ ਦੇਖਦੇ ਹਾਂ ਕਿੱਦਾਂ ਦਾ ਧੁੱਪ ਧੱਪ ਠੀਕ ਹੋਈ ਫਿਰ ਤਾਂ ਸ਼ੂਟਿੰਗ ਕਰ ਲਾਂਗੇ ਨਹੀਂ ਤਾਂ ਥੋੜ੍ਹਾ ਚਿਰ ਰੁਕਣਾ ਪਊਗਾ ਜੇ ਆਪਾਂ ਨੂੰ ਧੁੱਪ ਤਾਂ ਕਾਫੀ ਹੈ ਜੇ ਵੈਸੇ ਧੁੱਪ ਹੈਗੀ ਹੈ ਬਾਈ ਸਹਿਜ ਕਾਲੋਂ ਧੁੱਪ ਹੈਗੀ ਹੈ ਇੱਥੇ ਸ਼ੂਟ ਕਰਨਾ ਇੱਥੇ ਧੁੱਪ ਹੈ ਮੌਕੇ 'ਤੇ ਬਾਕੀ ਇੱਕ ਐਕਸਪੈਰੀਮੈਂਟ ਕਰਨਾ ਉਹ ਆਪਾਂ ਵਲੌਗ 'ਚ ਕਰਦੇ ਹਾਂ ਉਹਦੇ ਵਾਸਤੇ ਵੈਸੇ ਤਾਂ ਆਪਣਾ ਰਸ਼ੀਅਨ ਟੈਂਕ ਬਾਹਰ ਕੱਢਣਾ ਪੈਣਾ ਬਾਕੀ ਦੇਖਦੇ ਹਾਂ ਤੇਰਾ ਵਜਨ ਕਿੰਨਾ ਹੋਵੇ ਹੈਂ 36-37 ਕਦੋਂ ਤੋਲਿਆ ਸੀ ਅੱਛਾ ਜਦੋਂ ਗੋਪੀ ਦੇ ਬੈਗ ਤੋਲੇ ਸੀ ਫਿਰ ਤਾਂ ਕੀ ਵਧਿਆ ਹੋਣਾ 35 ਕਿਲੋ ਹੋ ਗਿਆ ਉਹ ਜ਼ਿਆਦਾ ਜ਼ਿਆਦਾ ਨਾ 35 ਕਿਲੋ ਵਜਣਾ ਮੁੰਡੇ ਦਾ ਆ ਟਰਾਲੀ ਤੇਰਾ ਵਜਨ ਚੱਕ ਲੂਗੀ ਉਦੋਂ ਤੇਰਾ ਵਜਨ ਘੱਟ ਸੀ ਨਾ ਵੈਸੇ ਟਰਾਲੀ ਤਾਂ ਮੈਂ ਬਣਾਈ ਇਦੋਂ ਵੀ ਭਾਰਾ ਵਜਨ ਚੁਕਾਉਣ ਵਾਸਤੇ ਬੈਰੰਗ ਤਾਂ ਮੇਰਾ ਵਜਨ ਤਾਂ ਆਰਾਮ ਨਾਲ ਚੱਕ ਲੈਣਗੇ ਵਜਨ ਤਾਂ ਤੇਰਾ ਵੀ ਚੱਕ ਲੂਗੀ ਆਰਾਮ ਨਾਲ ਤੇਰਾ ਵੀ ਜਿਵੇਂ ਤੂੰ ਮੇਰੇ ਨਾਲ ਭਾਰਾ ਹੁੰਦਾ ਲੋ ਮੁੰਡਿਓ ਮੇਰਾ ਪਲੈਨ ਹੈ ਅੱਜ ਵਲੌਗ ਦੇ ਵਿੱਚ ਐਕਸਪੈਰੀਮੈਂਟ ਕਰਦੇ ਹਾਂ ਸਹਿਜ ਨੂੰ ਬਿਠਾਵਾਂਗੇ ਇਹਦੇ ਉੱਤੇ ਅਤੇ ਰਸ਼ੀਅਨ ਟੈਂਕ ਪਿੱਛੇ ਪਾਵਾਂਗੇ ਆਪਾਂ ਇਹਨੂੰ ਠੀਕ ਆ ਅੱਜ ਹੀ ਐਕਸਪੈਰੀਮੈਂਟ ਕਰਨਾ ਆਪਾਂ ਵਲੌਗ 'ਚ ਹੋ ਕਹਿੰਦੇ 'ਚ ਐਲੂਮੀਨੀਅਮ ਦੀ ਹੈ ਤੇਰਾ ਵਜਨ ਆਰਾਮ ਨਾਲ ਚੱਕ ਲੂਗੀ ਅਤੇ ਮੇਰੇ ਸਾਹਮਣੇ ਐਡੀ ਕੁ ਪਿੰਨ ਬਹੁਤ ਆ ਠੀਕ ਆ ਇਹਦੇ ਬੈਟਰੀ ਹੈਗੀ ਅਤੇ ਬੈਟਰੀ ਪਾਓ ਨਾ ਫਿਰ ਜੇ ਹੈ ਨਹੀਂ ਤਾਂ ਇੱਦਾਂ ਕਰ ਜਿਵੇਂ ਦੇ ਆਪਣੇ ਸਿਸਟਮ ਨੇ ਨਾ ਬੈਟਰੀਆਂ ਸਾਰੀਆਂ ਕਰ ਲੈ ਡੱਬਾ ਹੀ ਲੈ ਚੱਲ ਇਹਦਾ ਵਜਨ V8 ਨਾਲੋਂ ਜ਼ਿਆਦਾ ਹੈ ਲੱਗਦਾ 2-3 ਮਹੀਨੇ ਹੋ ਗਿਆ ਮੈਂ ਸੋਚਣ ਦਿਆ ਸੀ ਕਿ ਵੀਡੀਓ ਸ਼ੂਟ ਕਰਾਂਗੇ ਪਰ ਕੰਮ ਜਿਹਾ ਨਹੀਂ ਬੰਦੇ ਚਲੋ ਵੀ ਮੁੰਡੇ ਉਹ ਹੁੱਕ ਤਾਂ ਆ ਵੈਸੇ ਪਤਲੀ ਜਿਹੀ ਹੋਈ ਹੁੱਕ ਮਤਲਬ ਟਰਾਲੀ 'ਚ ਹੁੱਕ ਪਤਲੀ ਆ ਬਾਕੀ ਸਵੇਰੇ ਪਤਾ ਲੱਗੂ ਸਵੇਰੇ ਕਹਿੰਦੇ ਆ ਬਾਕੀ ਹੁਣੇ ਪਤਾ ਲੱਗੂ ਕੀ ਬਣਦਾ ਬਟਨ ਔਨ ਕਰ ਰਹਿੰਦਾ ਇੱਥੋਂ ਨਹੀਂ ਹੁੰਦਾ ਪਤਾ ਕਿੱਥੇ ਪਰਲੀ ਸਾਈਡ ਹੋ ਰਿਹਾ ਉੱਤੇ ਸਲੈਂਸਰ ਕੋਲ ਹਾਂ ਉੱਥੇ ਧੁੱਪ ਹੈ ਸ਼ਾਮੇ ਮੈਨੂੰ ਰਸ਼ੀਅਨ ਟੈਂਕ ਕਹਿੰਦਾ ਮੇਰੇ ਵੀਰਿਓ ਇਹਦੇ ਵੀ ਕਿਹੜਾ ਡਿਫਰੈਂਸ਼ਲ ਹੈ ਇੰਨਾ ਕੋਈ ਮੁੜ ਕੇ ਬਹੁਤ ਹੁੰਦਾ ਚੱਲ ਬਹਿਣ ਦਾ ਤਰੀਕਾ ਪਤਾ ਨਾ ਕਿ ਇਹ ਵਜਨ ਜ਼ਿਆਦਾ ਟਰਾਲੀ ਵੀ ਜਿਵੇਂ ਬੈਲੈਂਸ ਜਿਹਾ ਵਜਨ ਰੱਖਣਾ ਉਹਦੇ ਉੱਤੇ ਵੀ ਉੱਤੇ ਬਹਿ ਜਾ ਉਂਝ ਹੀ ਇੰਝ ਕਰ ਇਹਦੇ ਵਿੱਚ ਇੱਕ ਚੀਜ਼ ਰੱਖ ਲੈ ਕੋਈ ਇੱਦਾਂ ਦੀ ਚੀਜ਼ ਯਾਰ ਇੱਟ ਰੱਖ ਲੈ ਇੱਕ ਉਹ ਪਈ ਇੱਟ
ट्रक उत्ते बह जा तू मसाला ला ला इन एवं दिट ना हो ना लिया अगर खिंचनी नहीं बिच थले बी साफ हिट चल ये भी साफ हो ही जानी साफ हिट टायर लाए तो चल आ जाने सूत एवें एवं रखेगा एवें बहेगा एवं बह जा चल जिमें बैठा जाते बह जा वाले पै गया लत्त अगे रख ट्राली से अगली साइड हाँ इतने रख ला लत्त रला रला और नहीं नहीं रख ला कोई चक्कर नहीं है बह गया इधर थोड़ा पिछे हो हाँ हूँ चक गया हाँ सही है बैठा रहे बैठा रहा तू नहीं डिगदा तू बैठा रहा डरदा क्यों यार देखो अगे वजन पाने ना उदो ट्रैक्टर खिंचदा वधिया है ना बैटरी डाउन है इंदी उधर एक जमा डाउन है बैटरी ओए बैटरी चेंज कर फुल चार्ज नहीं नहीं चार्ज नहीं सी फुल तो चक्की फिरदा उनू खड़ा हो जा ते रील भी बनावांगे ठहर के डरदा क्यों है क्यों ऐसे टैंक आउंदा बुक दा चढ़ना तो नहीं मैनू पता इथे कर इथे बह उथे प्लेन सी जगह इथे थोड़े जे वट्टे ने देखदा ट्रैक्टर का जोर लगता नाले इथे रील भी बनावांगे एक बह जा है क्या सैट है अगे वजन रखी यार थोड़ा जहाँ ट्रैक्टर चिका जाता अगर लो मुंडा साडा प्लैन है रील बना का तो मैं इतने रील बनानी है यह कहना चल इतों चढ़ा के देख जे तो मैं खिंच के लैके चढ़ जूगा फिर आप रील बना लेंगे इतों मुश्किल है इतने मोटर मर गई यार बैटरी डाउन हो गई नहीं तो लै तो जाना ही इन्हें उधर मोटर ही बह गई रुक बैटरी बदलिए बस एकदम ही साडा प्रोग्राम बन गया शूट करन दा बैटरियां नहीं फुल चार्ज कीतियां बाकी आ बैटरी काफ़ी वधिया कढ़न दई एक साढ़े कमी ये आ भी अद्धी को बैटरी असं इदा ही डाउन कर देने चला चला के कद इधर लै जा कद इधर लै जा शूट करन दा मौका घट ही मिलता सुखना आप एक रील होर शूट करते हैं वो रील आप करा ना पंगे लेते जान के उधरों कर दें गुट तो ना हाँ सीधी दे रैंप जहा चढ़ा के देखा चढ़ता कि नहीं आ जड़ा असल जो आप ट्रैक्टर दूजे गेयर च पाया ही नहीं अजे हाँ पर गल उ ना भी बैटरी है नहीं दूजे गेयर च नहीं अपने को महा पहले गेयर च चलन दिया बैटरी फुल चार्ज होंगी फिर होना सी जोर आप कोई नहीं फिर करा प्रोग्राम आप सीधा बैग लाता ना सैट है रुक जा तू मैनू गाने गुने लभ लें फिर आप बनाने एक रील सिरा जी लो भी मुंडे और रील दो तीन शूट कर लिया आप इनकी कद प्रोपर वीडियो शूट करा एक हाँ जी कर ला दे इट जी ला दे इट चक के मैं ट्राला लूँगा तो V8 भी लैके अपना इतने वीडियो शूट करते हैं धुप फिर आ गई है देखो बदलों की भी समझ ही नहीं आती भी करन की देने लो भी मुंडे थोड़ी जी वीडियो शूट की आप रेंडम जो उत्थे घुमाया है ज़्यादा उत्थे कुछ इन्होंने फर्क पिया नहीं एडे एडे टायर ने इन्होंने किड़ा उत्थे स्लिप कटने ही आराम नाल ही चढ़ गए टिब्बे टुब्बे पर फिर भी थोड़िया मोटिया शूट कीतियां क्लिपां इत्थे ट्यूशन कराए थे
ਤੇ ਜਿੱਦਾਂ ਮੈਂ ਤੁਹਾਨੂੰ ਆਖਿਆ ਸੀ ਵੀ ਰੈਂਡਮ ਜਾਂ ਕੋਈ ਆਪਾਂ ਫਿਰ ਟੋਚਨ ਨਹੀਂ ਕਰਾਉਂਦਾ ਵੀ ਏਟ ਦੀ ਹੁੱਕ ਨੀਵੀਂ ਸੀਗੀ ਉਹਦੀ ਹੁੱਕ ਉੱਚੀ ਸੀਗੀ ਅਤੇ ਬਿਲਕੁਲ ਰੇਤਾ ਸੀ ਨਾਲੇ ਮੈਂ ਕਿਹਾ ਚੱਲ ਸਲੋ ਮੋਸ਼ਨ 'ਚ ਸਿਰਾ ਜੀ ਵੀਡੀਓ ਸ਼ੂਟ ਕਰਦੇ ਹਾਂ ਇੱਕ ਦੋ ਰਾਊਂਡ ਕਰਾਏ ਸੀ ਬਸ ਆਪਾਂ ਅਤੇ ਉਸ ਤੋਂ ਬਾਅਦ ਹੁੱਕੇ ਦੀ ਰਿਪੋਰਟ ਆ ਅਤੇ ਵੀ ਏਟ ਦੇ ਵਿੱਚ ਨਾ ਥੋੜ੍ਹੀ ਜਿਹੀ ਦਿੱਕਤ ਆਉਂਦੀ ਹੈ ਅਤੇ ਮੈਨੂੰ ਪਤਾ ਕੀ ਪ੍ਰੋਬਲਮ ਹੈ ਸੋਲਵ ਵੀ ਹੋ ਜੂਗੀ ਅੰਦਰ ਚੱਲ ਕੇ ਕਰਦੇ ਹਾਂ ਆਪਾਂ ਵੇਖੋ ਰਿਵਰਸ ਗੇਅਰ ਜਿਹੜਾ ਉਹ ਕੰਮ ਨਹੀਂ ਕਰਨ ਦਿਆ ਚੈਨ ਘੁੰਮਣ ਦੀ ਅੱਗੇ ਨੂੰ ਸਹੀ ਤੁਰ ਪੈਂਦਾ ਪਰ ਰਿਵਰਸ 'ਚ ਅਦਰਕ ਇਹਨਾਂ ਥੋੜ੍ਹਾ ਜਿਹਾ ਅੰਦਰੋਂ ਇਹਦੇ ਗੇਅਰ ਲੂਜ਼ ਹੋ ਗਏ ਨੇ ਉਹ ਮੈਂ ਕੱਸ ਦਾਂਗਾ ਉਹ ਕੋਈ ਜ਼ਿਆਦਾ ਲੰਮਾ ਚੌੜਾ ਕੰਮ ਨਹੀਂ ਗਾ ਅਤੇ ਲਓ ਵੀ ਮੁੰਡਿਓ ਆਹ ਦੇਖੋ ਆਹ ਲਾਈਟਾਂ ਲੈ ਕੇ ਆਇਆ ਸੀ ਮੈਂ ਐਲਾਂ ਵਾਧੋਂ ਠੀਕ ਹੈ ਵਾਈਟ ਅਤੇ ਮੇਰਾ ਪਲੈਨ ਹੈ ਕਿ ਪ੍ਰਿੰਟਰ ਦੇ ਥੱਲੇ ਨਾ ਲਾਈਟਾਂ ਲਾਉਂਦੇ ਹਾਂ ਬਿਲਕੁਲ ਨੋਜ਼ਲਾਂ ਦੇ ਅੱਗੇ ਕਿਉਂਕਿ ਜਦੋਂ ਪ੍ਰਿੰਟ ਕਰਦਾ ਹੁੰਦਾ ਨਾ ਇਹ ਅਤੇ ਹਨੇਰਾ ਹੁੰਦਾ ਉਤਲੀ ਸਾਈਡ ਕੁਛ ਨਹੀਂ ਵੇਖਦਾ ਵੀ ਕਿੱਦਾਂ ਦਾ ਪ੍ਰਿੰਟ ਹੋ ਰਿਹਾ ਇਸ ਕਰਕੇ ਮੈਂ ਆਹ ਲਾਈਟਾਂ ਜੀਆਂ ਲੈ ਕੇ ਆਇਆ ਵਾਂ ਅਤੇ ਵੈਸੇ ਤਾਂ ਇਹਨੇ 12 ਵੋਲਟ ਦੀਆਂ ਅਤੇ ਪ੍ਰਿੰਟਰ ਨੂੰ ਵੋਲਟੇਜ ਮਿਲਣ ਦੀ 24 ਅਤੇ ਸਮੱਸਿਆ ਹੀ ਹੈ ਬਾਕੀ ਨਾ ਆਪਾਂ ਪ੍ਰਿੰਟਰ ਦੀ ਓਰੀਜਨਲ ਵਾਇਰਿੰਗ ਨਹੀਂ ਛੇੜਦੇ ਮੇਰਾ ਪਲੈਨ ਹੈ ਕਿ ਇਹਦੇ ਨਾਲ ਹੀ ਇੱਕ ਬਿਲਕੁਲ ਪਤਲੀ ਜਿਹੀ ਤਾਰ ਪਾ ਕੇ ਅਤੇ ਪਿਛਲੀ ਸਾਈਡ ਦੇਖਾਂਗੇ ਜੇ ਕੋਈ ਬੈਟਰੀ ਰੱਖਣੀ ਹੋਈ ਤਾਂ ਠੀਕ ਹੈ ਜੇ ਆਪਾਂ ਅਡੈਪਟਰ ਲਾਉਣਾ ਹੋਇਆ ਪਾਵਰ ਸਪਲਾਈ ਲਈ ਤਾਂ ਠੀਕ ਹੈ ਵੀ ਆਪਾਂ ਕਿਸੇ ਤਰੀਕੇ ਨਾਲ ਇਹਦੀ ਵਾਇਰਿੰਗ ਕਰਨੀ ਹੈ ਇਹਦੇ ਵਿੱਚ ਠੀਕ ਹੈ ਫਿਲਹਾਲ ਦੇਖਦਾ ਦੋਵਾਂ 'ਚੋਂ ਕਿੰਦੇ 'ਤੇ ਪੰਗੇ ਲੈਣੇ ਆ ਵੈਸੇ ਪੁਰਾਣਾ ਇਹ ਆ ਐਕਸਪੈਰੀਮੈਂਟ ਇਹਦੇ 'ਤੇ ਕਰਨਾ ਬਣਦਾ ਅਤੇ ਆਹ ਲਾਈਟਾਂ ਲੈ ਆਇਆ ਇਹਨਾਂ ਦਾ ਕਨੈਕਸ਼ਨ ਕਰਕੇ ਅਤੇ ਨਾਲੇ ਚਾਨਣ ਦੇਖਦੇ ਹਾਂ ਕਿੱਦਾਂ ਦਾ ਨਾਲੇ ਵੀ ਦੇਖਣਾ ਪੈਣਾ ਕਿ ਇਹਦੇ ਫਿਟਿੰਗ ਕਰੀਏ ਅਤੇ ਕਰੀਏ ਕਿੱਦਾਂ ਠੀਕ ਆ ਇੱਕ ਆਹ ਕੰਮ ਕਰਨਾ ਹੁਣ ਆਪਾਂ ਲਫੜੀ ਲਾਈਟਾਂ ਫੜ ਅਤੇ ਉਸ ਤੋਂ ਇਲਾਵਾ V8 ਕਰਤਾ ਠੀਕ ਆਪਾਂ ਥੋੜ੍ਹੀ ਜਿਹੀ ਪ੍ਰੋਬਲਮ ਸੀਗੀ ਬੈਰਿੰਗ ਜੇ ਹਿੱਲੇ ਸੀ ਇਹਦੇ ਪਾਵਰ ਔਫ ਨਹੀਂ ਕੀਤੀ ਤੂੰ ਇਹਦੀ ਤੁਹਾਨੂੰ ਪਾਵਰ ਔਫ ਕਰਨ ਲਈ ਕਿਹਾ ਸੀ ਅਤੇ ਬੈਰਿੰਗ ਨੇ ਇਹਦੇ ਹਿੱਲੇ ਜਿਹੇ ਥੋੜ੍ਹੇ ਜਿਹੇ ਉਹ ਕਰਤੇ ਸੈੱਟ ਅਤੇ ਇੱਕ ਜਿਹੜਾ ਇਹਦਾ ਡਿਫਰੈਂਸ਼ੀਅਲ ਸੀਗਾ ਇਹ ਬਿਲਕੁਲ ਸੁੱਕਾ ਚੱਲਣ ਦਿਆ ਸੀਗਾ ਅਤੇ ਉਹਦੇ ਵਿੱਚ ਵੀ ਗਲੀਸ ਭਰਤੀ ਹੈ ਪੂਰੀ ਠੀਕ ਆ ਯਾਨੀ ਇਹਦੀ ਹੁਣ ਮੌਕੇ 'ਤੇ ਸਰਵਿਸ ਹੋ ਚੁੱਕੀ ਹੈ V8 ਆਪਣਾ ਜਮ੍ਹਾਂ ਔਖੇ ਦੀ ਰਿਪੋਰਟ ਆ ਇਹਨੂੰ ਰੱਖ ਦਈਏ ਵਾਪਸ ਇੱਥੇ ਰਸ਼ੀਅਨ ਟੈਂਕ ਦੇ ਨਾਲ ਠੀਕ ਆ ਚਲੋ ਵੀ ਕਰਦੇ ਹਾਂ ਇਹਦੇ ਦਾ ਐਕਸਪੈਰੀਮੈਂਟ ਲਓ ਵੀ ਮੁੰਡਿਓ ਸੀਨ ਕੁਛ ਇੱਦਾਂ ਹੈ ਕਿ ਪਹਿਲਾਂ ਤਾਂ ਕੋਸ਼ਿਸ਼ ਕੀਤੀ ਆ ਲਾਈਟਾਂ ਲਾਉਣ ਦੀ ਠੀਕ ਹੈ ਅਤੇ ਇਹਦੇ ਵਿੱਚ ਲੱਗੀਆਂ ਨਹੀਂ ਕਿਉਂਕਿ ਇੰਨੀ ਜਗ੍ਹਾ ਕੋਈ ਨਹੀਂ ਕਿ ਇੰਨੀ ਲੰਮੀ ਪੱਟੀ ਲੱਗ ਸਕੇ ਠੀਕ ਹੈ ਮੈਂ ਟਰਾਈ ਕੀਤੀ ਕਿ ਇਹਨੂੰ ਇੱਥੋਂ ਕੱਟ ਕੇ ਨਾ ਫਿਰ ਲਾਵਾਂ ਪਰ ਇਹਦਾ ਕੰਪਲੀਟ ਸਰਕਿਟ ਬਣਿਆ ਹੋਇਆ ਵੀ ਇਹਦੇ 'ਚ ਅੱਗੇ ਵੋਲਟੇਜ ਡਿਵਾਈਡ ਕੀਤੀ ਹੋਈ ਹੈ ਜਿਹਨੂੰ ਕੱਟ ਦੇਣਾ ਮੈਂ ਤਾਂ ਇਹ ਵਰਕ ਨਹੀਂ ਕਰਦੀ ਲਾਈਟ ਅਤੇ ਹੁਣ ਆਪਾਂ ਨੂੰ ਇਹਦੇ ਵਾਸਤੇ ਸਪੈਸ਼ਲ ਮੈਂ ਆਈਡੀਆ ਸੋਚਿਆ ਹੋਇਆ ਵੀ ਕਿੱਦਾਂ ਲੱਗਣੀ ਹੈ ਇਹਦੇ ਵਿੱਚ ਠੀਕ ਹੈ 2 ਜਾਂ 3 ਅਲੱਗ ਬਲਬ ਲਿਆ ਕੇ ਉਹਨਾਂ ਨੂੰ ਇੱਥੇ ਫਿੱਟ ਕਰਾਂਗੇ ਠੀਕ ਹੈ ਉਹ ਫਿਰ ਬਲਬ ਲਿਆਉਣੇ ਪੈਣੇ ਮੌਕੇ 'ਤੇ ਆਪਣੇ ਕੋਲ ਹੈ ਨਹੀਂਗੇ ਅਤੇ ਉਸ ਦੇ ਨਾਲ ਹੀ ਜਿਹੜੀ ਆਪਾਂ ਸਵਰਾਜ 'ਤੇ ਸੀਟ ਲਾਈ ਹੈ ਉਹ ਸੀਟ ਦੀ ਫਾਈਲ ਗਵਾਚ ਗਈ ਸੀ ਮੇਰੇ ਤੋਂ ਅਤੇ ਆ ਨਵੀਂ ਫਾਈਲ ਡਾਊਨਲੋਡ ਕੀਤੀ ਮੈਂ ਪਰ ਨਾ ਇਹ ਕੰਪਲੀਟ ਨਹੀਂ ਗਈ ਇਹਦੇ ਥੱਲੇ ਵਾਲਾ ਪੋਰਸ਼ਨ ਜਿਹੜਾ ਉਹ ਗਾਇਬ ਹੈ ਅਤੇ ਉਹਨੂੰ ਮੈਂ ਇੰਪੋਰਟ ਕਰਨ ਦੀ ਕੋਸ਼ਿਸ਼ ਕੀਤੀ ਸੀ ਇੱਥੇ ਪਰ ਹੋ ਨਹੀਂ ਰਹੀ ਕੋਈ ਨੈਟਵਰਕ ਪ੍ਰੋਬਲਮ ਆ ਰਹੀ ਪਤਾ ਨਹੀਂ ਕੀ ਦਿੱਕਤ ਹੈ ਚੱਲਣ ਨਹੀਂ ਦਿਆ ਮੌਕੇ 'ਤੇ ਅਤੇ ਮੈਂ ਸੀਟ ਪ੍ਰਿੰਟ ਕਰਨ ਲਈ ਲਾਉਣੀ ਸੀ ਪਰ ਮੌਕੇ 'ਤੇ ਫਾਈਲ ਨਹੀਂ ਬਣਨੀ ਹੁਣ ਅਤੇ ਮੈਂ ਸੋਚਿਆ ਕਾਫੀ ਲੇਟ ਹੋ ਗਿਆ 9 ਵੱਜ ਗਏ ਨੇ ਅਤੇ ਮਸਾਂ ਐਡੀਟਿੰਗ ਹੀ ਹੋਣੀ ਹੈ ਅਤੇ ਕੰਮ ਫਿਰ ਆਪਾਂ ਸਵੇਰੇ ਕਰਾਂਗੇ ਅਤੇ ਅੱਜ ਆਪਾਂ 9:11 'ਤੇ ਕੋਈ ਕੰਮ ਨਹੀਂ ਕੀਤਾ ਠੀਕ ਆ ਸੀਟ ਵੀ ਨਹੀਂ ਬਣੀ ਸਲੰਸਰ ਵੀ ਨਹੀਂ ਲੱਗਾ ਚਲੋ ਸਵੇਰੇ ਲੱਗ ਜੂ ਕੋਈ ਚੱਕਰ ਨਹੀਂ ਅਤੇ ਅੱਜ ਦਾ ਆਪਣਾ ਵਲੌਗ ਫਿਰ ਇੱਥੋਂ ਤੱਕ ਹੀ ਸੀਗਾ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਜਿਹੜੇ ਵੀ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਸਵੇਰੇ ਨਵੇਂ ਵਲੌਗ 'ਚ ਆਹ ਵਲੌਗ ਚੰਗਾ ਲੱਗਾ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਆ ਜੀ ਓਕੇ ਬਾਏ ਟਾਟਾ।